ਐਡਾ ਸੰਗੀਨ ਮਾਮਲਾ ਕਿ 328 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਪਤਾ ਹੋਣ, ਗੁੰਮ ਹੋਣ, ਚੋਰੀ ਹੋਣ, ਲੇਕਿਨ ਇਹਦੇ ਬਾਰੇ ਸੰਗਤ ਨੂੰ ਨਾ ਦੱਸਿਆ ਜਾਵੇ। ਇਹ ਬੜੀ ਹੀ ਸਾਜਿਸ਼ਮਈ ਇਹ ਜਿਹੜੀ ਇਹ ਘਟਨਾ ਹੈ, ਅਤੇ ਮੈਂ ਜਸਦਰ ਸਾਹਿਬ ਦਾ ਧੰਨਵਾਦੀ ਹਾਂ, ਜਿੰਨਾ ਵੀ ਉਹਨਾਂ ਨੇ ਕੀਤਾ ਉਹ ਠੀਕ ਹੈ। ਕੰਪਲੇਂਟ ਫਾਈਲ ਹੋਣੀ ਚਾਹੀਦੀ ਹੈ, FIR ਦਰਜ ਹੋਣੀ ਚਾਹੀਦੀ ਹੈ, ਜਸਦਰ ਸਾਹਿਬ ਨੂੰ ਕਰਾਉਣੀ ਚਾਹੀਦੀ ਹੈ, ਕਿਉਂਕਿ ਇਹ ਕੋਈ ਨਿੱਕਾ ਮਾਮਲਾ ਨਹੀਂ ਹੈ। ਸਾਜਿਸ਼ ਹੋਰ ਵੀ ਹੋ ਸਕਦੀ ਹੈ ਕਿ ਗੁਰਬਾਣੀ ਨੂੰ ਭੰਨਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਦੁਬਧਾ ਚ ਪਾਉਣ ਵਾਸਤੇ ਪੰਥ ਨੂੰ। ਛੋਟੀ ਘਟਨਾ ਨਹੀਂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਮਤਲਬ ਗੁੰਮ ਹੈ, ਔਰ ਜਿਹੜੀ ਸੰਸਥਾ ਦੀ ਜ਼ਿੰਮੇਵਾਰੀ ਹੈ ਉਹਨੂੰ ਪਤਾ ਹੀ ਨਹੀਂ ਕਿੱਧਰ ਗਏ। ਤੁਸੀਂ ਜਸਦਾ ਰਣਜੀਤ ਸਿੰਘ ਦੀਆਂ ਸਾਰੀਆਂ ਸੁਣ ਲਓ, ਪਰ ਮੈਂ SGPC ਦੀ ਗੱਲ ਕਰ ਰਿਹਾ, ਮੈਂ ਉਹੀ ਕਹਿਣਾ ਨੇ ਜਸਦਾ ਰਣਜੀਤ ਸਿੰਘ ਨੇ SGPC ਦੇ ਕਾਰਨਾਮੇ ਸਾਰੇ ਬੜੇ ਖੋਲ੍ਹ ਕੇ ਦੱਸੇ ਹੋਏ ਆ। ਇਹ ਨਾ ਗੁਰਦੁਆਰਾ ਦਾ ਪ੍ਰਬੰਧ ਹੈ, ਇਸ ਗੁਰੂ ਦੇ ਸਿੱਖਾਂ ਦੇ ਹੱਥ 'ਚ ਦੇ ਦਿਓ। ਗੁਰੂ ਦੇ ਸਿੱਖ ਹੀ ਆ ਸਾਰੇ SGPC ਦੇ? ਇਹ ਤਾਂ ਪਤਾ ਨਹੀਂ ਕਿਹਦੇ ਸਿੱਖ ਹੈ ਜੀ, ਜੇ ਗੁਰੂ ਦੇ ਸਿੱਖ ਹੁੰਦੇ ਫਿਰ 328 ਸਰੂਪ ਨਹੀਂ, ਮਤਲਬ ਇੱਕ ਸਰੂਪ ਵੀ ਹਿੱਲ ਨਹੀਂ ਸਕਦਾ ਸੀ ਕਿਤੋਂ। ਇਹ ਐਂ ਕਿ ਇਹ ਤਾਂ ਵੋਟਾਂ ਦੇ ਸਿੱਖ। ਬਾਦਲ ਪਰਿਵਾਰ ਨੂੰ ਪੰਥ 'ਚੋਂ ਹੁਣੇ ਛੇਕ ਦੇਣਾ ਚਾਹੀਦਾ ਜਹੇਦਾਰ ਸਾਹਿਬ ਨੂੰ। ਪਹਿਲੇ ਦਿਨ 267 ਪਾਵਨ ਸਰੂਪਾਂ ਦਾ ਮਾਮਲਾ ਸਾਹਮਣੇ ਆਇਆ ਸੀ, ਅਤੇ ਉਦੋਂ SGPC ਦਾ ਪਹਿਲਾ ਬਿਆਨ ਸੀ ਕਿ 1500 ਰੁਪਏ ਹਿਸਾਬ ਦੇ ਨਾਲ ਇੱਕ ਸਰੂਪ ਦੇ ਪੈਸੇ ਲੈ ਕੇ ਇਸ ਸਾਰੇ ਘਟਨਾਕ੍ਰਮ ਨੂੰ ਖਤਮ ਕਰ ਦਿੱਤਾ ਗਿਆ। ਤੁਸੀਂ ਪੈਸੇ ਨਾ ਤੋਲਦੇ ਗੁਰੂ ਨੂੰ ਸਾਡੇ ਨੂੰ, ਇਹ ਨਹੀਂ ਹੋ ਸਕਦਾ, ਇਹਨਾਂ ਦੇ ਕੀੜੇ ਪੈ ਕੇ ਮਰਨਗੇ ਜਿਹੜੇ ਜਿਹੜੇ ਬੰਦੇ ਨੇ ਫੈਸਲਾ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਪਹਿਲਾ ਰਾਜਨੀਤਿਕ ਬਿਆਨ ਸਾਹਮਣੇ ਆਇਆ ਹੈ। ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਕੁਲਤਾਰ ਸਿੰਘ ਸੰਧਵਾ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਵਾਰਤਾ ਕੀਤੀ ਹੈ ਅਤੇ ਕਈ ਸਵਾਲ ਜਿਹੜੇ ਨੇ SGPC ਅਤੇ ਬਾਦਲ ਪਰਿਵਾਰ 'ਤੇ ਚੁੱਕੇ ਨੇ। ਸਾਡੇ ਨਾਲ ਚਰਚਾ ਕਰਨ ਲਈ ਤਿਆਰ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ। ਸੰਧਵਾ ਸਾਹਿਬ, ਬੜੀ ਮੰਦਭਾਗੀ ਘਟਨਾ, ਬਟ ਜਹੇਦਾਰ ਸਾਹਿਬ ਨੇ ਸਾਰਾ ਮਾਮਲਾ SGPC ਨੂੰ ਦੇ ਦਿੱਤਾ। ਮੈਂ ਤਾਂ ਜਹੇਦਾਰ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਪਿਛਲੇ ਜਿਵੇਂ ਘਟਨਾਕ੍ਰਮ ਹੋਇਆ 2016 ਦੀ ਇਹ ਗੱਲ ਹੈ, ਉਦੋਂ ਇਹਨੂੰ ਕੱਟੇ ਪੇਟੇ ਪਾ ਦਿੱਤਾ ਗਿਆ ਸੀ, ਇਸ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਕਿਸੇ ਨੂੰ ਦੱਸਿਆ ਤੱਕ ਨਹੀਂ ਗਿਆ। ਐਡਾ ਸੰਗੀਨ ਮਾਮਲਾ ਕਿ 328 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਪਤਾ ਹੋਣ, ਗੁੰਮ ਹੋਣ, ਚੋਰੀ ਹੋਣ, ਲੇਕਿਨ ਇਹਦੇ ਬਾਰੇ ਸੰਗਤ ਨੂੰ ਨਾ ਦੱਸਿਆ ਜਾਵੇ। ਇਹ ਬੜੀ ਹੀ ਸਾਜਿਸ਼ਮਈ ਇਹ ਜਿਹੜੀ ਇਹ ਘਟਨਾ ਹੈ, ਅਤੇ ਮੈਂ ਜਸਦਰ ਸਾਹਿਬ ਦਾ ਧੰਨਵਾਦੀ ਹਾਂ, ਜਿੰਨਾ ਵੀ ਉਹਨਾਂ ਨੇ ਕੀਤਾ ਉਹ ਠੀਕ ਹੈ, ਲੇਕਿਨ ਅੱਗੇ ਇੱਥੇ FIR ਹੋਣੀ ਬਣਦੀ ਹੈ ਔਰ ਇਨਵੈਸਟੀਗੇਸ਼ਨ ਹੋਵੇ, ਜਿਹੜੇ ਜਿਹੜੇ ਬੰਦਿਆਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਲਿਆਂਦਾ ਜਾਵੇ, ਔਰ ਇਹਦੀ ਮੋਨੀਟਰਿੰਗ ਕੋਈ ਰਾਜਨੀਤਿਕ ਪਾਰਟੀ ਨਾ ਕਰੇ, ਕਿਉਂਕਿ ਹੁਣ ਤਾਂ ਹੀ ਅੱਗ ਲਾਇਆ, ਸਾਨੂੰ ਭਰਾਵਾਂ ਭਰਾਵਾਂ ਨੂੰ ਲੜਾਇਆ ਪੰਜਾਬ ਦੇ ਵਿੱਚ ਇਹਨਾਂ ਨੇ, ਸਿਰਫ ਸਾਡੇ ਧਰਮਾਂ ਨੂੰ ਵਰਤ ਕੇ ਇਹਨਾਂ ਨੇ ਸਵਾਰਿਆ ਕੁਛ ਨਹੀਂ, ਹੁਣ ਤਾਂ ਵਿਗਾੜਿਆ ਹੀ ਹੈ। ਸੋ ਹਾਈਕੋਰਟ ਦੀ ਮੋਨੀਟਰਿੰਗ ਦੇ ਥੱਲੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, FIR ਜ਼ਰੂਰ ਕਰਵਾਉਣ ਦੀ। ਜਹੇਦਾਰ ਸਾਹਿਬ ਨੇ ਕਿਹਾ ਕਿ SGPC ਇੱਕ ਹਫ਼ਤੇ 'ਚ ਦੀ ਇਨਕੁਆਇਰੀ ਕਰਕੇ ਜਿਹੜਾ ਹੈਗਾ ਉਹਨਾਂ 'ਤੇ ਕਾਰਵਾਈ ਕਰੇ। SGPC ਲੀਗਲ ਕਾਰਵਾਈ ਤਾਂ ਕੋਈ ਕਰ ਹੀ ਨਹੀਂ ਸਕਦੀ ਜੀ, ਕੀ ਕਾਰਵਾਈ ਕਰੇਗੀ? ਵੱਧ ਤੋਂ ਵੱਧ ਉਹਨਾਂ ਨੂੰ ਕਹਿ ਦੇਗੀ ਤੁਸੀਂ ਉਹ ਸੇਵਾ ਕਰਿਆ ਉੱਥੇ? ਉਹ ਤਾਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਕੋਲ ਹੈ ਜੀ ਸੇਵਾ, ਅਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਲਾ ਸਕਦੇ? ਨਹੀਂ ਜੀ, ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੈ। ਉਹਨਾਂ 'ਤੇ ਕ੍ਰਿਮੀਨਲ ਕੰਪਲੇਂਟ ਫਾਈਲ ਹੋਣੀ ਚਾਹੀਦੀ ਹੈ, FIR ਦਰਜ ਹੋਣੀ ਚਾਹੀਦੀ ਹੈ, ਜਹੇਦਾਰ ਸਾਹਿਬ ਨੂੰ ਕਰਾਉਣੀ ਚਾਹੀਦੀ ਹੈ, ਕਿਉਂਕਿ ਇਹ ਕੋਈ ਨਿੱਕਾ ਮਾਮਲਾ ਨਹੀਂ ਹੈ, ਇਹ ਬਹੁਤ ਵੱਡਾ ਮਾਮਲਾ ਹੈ। ਪੰਜਾਬ ਦੇ ਵਿੱਚ 200 ਤੋਂ ਵੱਧ ਥਾਵਾਂ 'ਤੇ ਬੇਅਦਬੀਆਂ ਹੋਈਆਂ, ਬੇਅਦਬੀਆਂ ਪਵਿੱਤਰ ਗੀਤਾ ਦੀ ਵੀ ਹੋਈਆਂ, ਬੇਅਦਬੀਆਂ ਮੁਕੱਦਸ ਕੁਰਾਨ ਦੀਆਂ ਵੀ ਹੋਈਆਂ। ਪੰਜਾਬ ਨੂੰ ਅੱਗ ਲਾਈ ਗਈ, ਭਾਈਚਾਰੇ ਨੂੰ ਸਾਡੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਸਾਡੇ ਬੱਚੇ ਮਾਰੇ ਇਹਨਾਂ ਨੇ, ਇੰਨੀ ਸੰਗਤ ਨੂੰ ਕੁੱਟਿਆ ਇਹਨਾਂ ਨੇ ਕੋਟਕਪੂਰੇ ਜਾ ਕੇ, ਕੀ ਕੁਛ ਕੀਤਾ, ਔਰ ਉਸ ਤੋਂ ਬਾਅਦ ਹੀ ਹੋਇਆ ਸਾਰਾ। ਸੋ ਇਹ ਸਾਜਿਸ਼ ਹੋ ਸਕਦੀ ਹੈ, ਔਰ ਸਾਜਿਸ਼ ਹੋਰ ਵੀ ਹੋ ਸਕਦੀ ਹੈ ਕਿ ਗੁਰਬਾਣੀ ਨੂੰ ਭੰਨਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਦੁਬਧਾ 'ਚ ਪਾਉਣ ਵਾਸਤੇ ਪੰਥ ਨੂੰ। ਸੋ ਇਹ ਬਹੁਤ ਵੱਡੀ ਸਾਜਿਸ਼ ਹੈ, ਜਹੇਦਾਰ ਸਾਹਿਬ ਨੂੰ ਆਪਦਾ ਜ਼ਿੰਮੇਵਾਰੀ ਸਮਝਦਾ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਪ੍ਰਬੰਧ ਨੂੰ ਬਣਾਈ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਡਿਊਟੀ ਸੀ, ਉਹ ਨਹੀਂ ਕੀਤੀ, ਨਹੀਂ ਜਹੇਦਾਰ ਸਾਹਿਬ ਦੀ ਇਹ ਡਿਊਟੀ ਹੈ, ਉਹਨਾਂ ਨੂੰ ਆਪਦੀ ਡਿਊਟੀ ਚੰਗੀ ਤਰ੍ਹਾਂ ਕਰਨੀ ਚਾਹੀਦੀ। ਇਹਦੇ 'ਤੇ ਕਾਂਗਰਸ ਕਿਉਂ ਚੁੱਪ ਆ? ਕਾਂਗਰਸ ਵੱਲੋਂ ਕੋਈ ਬਿਆਨ ਨਹੀਂ ਆ, ਪਹਿਲਾਂ ਰਾਜਨੀਤਿਕ ਬਿਆਨ ਅਸੀਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਆ। ਦੇਖੋ ਜੀ, ਇਹ ਤਾਂ ਹੁਣ ਕਾਂਗਰਸ ਵਾਲਿਆਂ ਨੂੰ ਪਤਾ ਹੋਣਾ, ਮੈਨੂੰ ਤਾਂ ਦਰਦ ਹੈ ਜੀ, ਮੈਨੂੰ ਤਾਂ ਦਰਦ ਹੈ। ਇਹ ਮੈਂ ਇੰਡੀਵਿਜੁਅਲ ਕਪੈਸਿਟੀ ਮੇਰੀ ਜ਼ਿਆਦਾ ਹੈ, ਪਾਰਟੀ ਦਾ ਪਲੈਟਫਾਰਮ ਵੀ ਹੈ ਕਿਉਂਕਿ ਪਾਰਟੀ ਵੀ ਮੇਰੇ ਨਾਲ ਸਹਿਮਤ ਹੈ, ਲੇਕਿਨ ਬਤੌਰ ਸਿੱਖ ਹਰੇਕ ਸਿੱਖ ਦਾ ਫਰਜ਼ ਹੈ। ਇਹ ਬਹੁਤ ਵੱਡੀ ਗੱਲ ਹੈ, ਇਹ ਛੋਟੀ ਘਟਨਾ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਮਤਲਬ ਗੁੰਮ ਹੈ, ਔਰ ਜਿਹੜੀ ਸੰਸਥਾ ਦੀ ਜ਼ਿੰਮੇਵਾਰੀ ਹੈ ਉਹਨੂੰ ਪਤਾ ਹੀ ਨਹੀਂ ਕਿੱਧਰ ਗਏ। ਸੰਸਥਾ ਸਾਲ ਦੇ ਕਰੋੜਾਂ ਰੁਪਈਏ ਖਰਚ ਕਰਦੀ ਹੈ ਆਡਿਟਿੰਗ 'ਤੇ, ਸਿਕਿਉਰਿਟੀ 'ਤੇ, ਅਤੇ ਸਾਂਭ ਸੰਭਾਲ 'ਤੇ।
ਦੇਖੋ ਜੀ ਇਹ ਸਾਰਾ ਹੀ ਘਪਲੇ ਬਾਜੀ ਹੈ, ਤੁਸੀਂ ਜਸਦਾ ਰਣਜੀਤ ਸਿੰਘ ਦੀਆਂ ਸਾਰੀਆਂ ਸੁਣ ਲਓ। ਨਹੀਂ ਪਰ ਮੈਂ SGPC ਦੀ ਗੱਲ ਕਰ ਰਿਹਾ, ਮੈਂ ਉਹੀ ਕਹਿੰਦਾ ਨੇ ਜਸਦਾ ਰਣਜੀਤ ਸਿੰਘ ਨੇ SGPC ਦੇ ਕਾਰਨਾਮੇ ਸਾਰੇ ਬੜੇ ਖੋਲ੍ਹ ਕੇ ਦੱਸੇ ਹੋਏ ਆ, ਉਹਦਾ ਤੁਸੀਂ ਪਤਾ ਕਰ ਲਓ। ਇਹ ਹੱਥ ਜੋੜ ਕੇ ਬੇਨਤੀ ਤੁਹਾਡੇ ਰਾਹੀਂ, ਜਿਹੜੀ ਇਹ ਨਾ ਗੁਰਦੁਆਰਿਆਂ ਦਾ ਪ੍ਰਬੰਧ ਹੈ, ਇਸ ਗੁਰੂ ਦੇ ਸਿੱਖਾਂ 'ਤੇ ਦੇ ਹੱਥ 'ਚ ਦੇ ਦਿਓ। ਅਤੇ ਹੁਣ ਕਿਤੇ ਗੁਰੂ ਦੇ ਸਿੱਖ ਹੀ ਆ ਸਾਰੇ SGPC ਦੇ? ਇਹ ਤਾਂ ਪਤਾ ਨਹੀਂ ਕਿਹਦੇ ਸਿੱਖ ਹੈ ਜੀ, ਜੇ ਗੁਰੂ ਦੇ ਸਿੱਖ ਹੁੰਦੇ ਫਿਰ 328 ਸਰੂਪ ਨਹੀਂ, ਮਤਲਬ ਇੱਕ ਸਰੂਪ ਵੀ ਹਿੱਲ ਨਹੀਂ ਸਕਦਾ ਸੀ ਕਿਤੋਂ। ਇਹ ਐਂ ਕਿ ਇਹ ਤਾਂ ਵੋਟਾਂ ਦੇ ਸਿੱਖ ਹੈ, ਜਿੱਧਰ ਵੋਟਾਂ ਦੇ ਸਨ ਇਹ ਤਾਂ ਜਿਹਨੂੰ ਮਰਜ਼ੀ ਮਾਫੀ ਦਵਾ ਦਿੰਦੇ, ਜਿਹੜਾ ਮਰਜ਼ੀ ਕਰ। SGPC ਇਲੈਕਸ਼ਨ ਥੋੜ੍ਹੀ ਖਰੀ ਹੁੰਦੀ ਹੈ। ਦੇਖੋ ਜੀ ਇਹ ਸਾਰਾ ਬੜੀ ਵੱਡੀ ਗੱਲ ਹੈ, ਮੈਂ ਤਾਂ ਛੋਟੀ ਜਿਹੀ ਮੱਤ ਹੈ, ਮੈਨੂੰ ਐਂ ਲੱਗਦਾ ਵੀ SGPC ਦੇ ਵਿੱਚ ਜਿਹੜਾ ਇਲੈਕਸ਼ਨ ਵਾਲਾ ਪ੍ਰੋਸੈਸ ਵੀ ਵੇਖਣ ਵਾਲਾ ਵੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। SGPC ਬਣਦੇ ਤਾਂ ਇਲੈਕਸ਼ਨਾਂ ਤੋਂ ਹੀ ਆ ਨਾ। ਤੁਸੀਂ ਵੋਟ ਬੈਂਕ ਦੀ ਗੱਲ ਕੀਤੀ ਹੈ, ਕਿਉਂਕਿ ਵੋਟ ਬੈਂਕ ਦੇ ਵਿੱਚ ਅਕਾਲੀ ਦਲ ਖਲੋਂਦਾ, ਕਾਂਗਰਸ ਖਲੋਂਦੀ, ਆਮ ਆਦਮੀ ਪਾਰਟੀ ਖਲੋਂਦੀ, ਸ਼੍ਰੋਮਣੀ ਕਮੇਟੀ ਥੋੜ੍ਹੀ ਖਲੋਂਦੀ। ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਉਹ ਪਾਰਟੀਆਂ, ਰਾਜਨੀਤਿਕ ਪਾਰਟੀਆਂ ਹਿੱਸਾ ਲੈਂਦੀਆਂ ਨੇ ਜੀ। ਉੱਥੇ ਤਾਂ ਅਸੀਂ ਇਹ ਦੇਖਿਆ ਵੀ ਜਿਹੜੇ ਬੰਦਿਆਂ ਦਾ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜਾਂ ਸਿੱਖ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ, ਉਹਨਾਂ ਦੀਆਂ ਵੋਟਾਂ ਬਣੀਆਂ ਹੁੰਦੀਆਂ ਉੱਥੇ। ਸੋ ਬੜਾ ਇਹਨਾਂ ਨੇ ਮਤਲਬ ਬੜਾ ਪਾਪ ਕੀਤੇ ਆ ਜੀ। ਗੱਲ ਆ ਕਿ ਪਾਵਨ ਸਰੂਪ ਗਏ ਕਿੱਥੇ? 328 ਸਰੂਪ ਨੇ, ਕਿਉਂਕਿ ਪੰਜਾਬ 'ਚ ਬੇਅਦਬੀਆਂ ਵੀ ਹੋਈਆਂ ਸੀ ਪਿਛਲੇ ਕੁਝ ਸਮੇਂ ਦੇ ਵਿੱਚ, ਅਤੇ ਬੜਾ ਬਵਾਲ ਮਚਿਆ ਸੀ, ਅਤੇ ਉਹ ਸਰੂਪ ਆਖਿਰਕਾਰ ਗਏ ਕਿੱਥੇ ਸਾਰੇ? ਦੇਖੋ ਜੀ ਇਹੀ ਤਾਂ ਲੱਭਣ ਦੇ ਲਈ ਮੈਂ ਕਹਿ ਰਿਹਾ ਵੀ FIR ਦਰਜ ਹੋਣੀ ਚਾਹੀਦੀ, ਬਹੁਤ ਸੀਰੀਅਸ ਸੰਗੀਨ ਮਾਮਲਾ ਹੈ। ਦੋ ਕੰਪਲੇਂਟਾਂ ਅੰਮ੍ਰਿਤਸਰ ਪੁਲਿਸ ਨੂੰ ਜਾ ਚੁੱਕੀਆਂ, ਜਿਹਦੇ ਵਿੱਚ ਕਿ ਇੱਕ ਕੰਪਲੇਂਟ ਬਲਵਿੰਦਰ ਸਿੰਘ ਬੈਂਸ ਜੋ ਕਿ SGPC ਦੇ ਮੈਂਬਰ ਨੇ ਅਤੇ ਲੋਕ ਇਨਸਾਫ ਪਾਰਟੀ ਦੇ ਨੇਤਾ ਨੇ ਉਹਨਾਂ ਵੱਲੋਂ, ਅਤੇ ਇੱਕ ਉਸ ਟਾਈਮ ਦੇ ਉੱਤੇ ਜਿਹੜਾ ਸਿਕਿਉਰਿਟੀ ਮੈਨੇਜਰ ਸੀ ਉਹਦੇ ਵੱਲੋਂ ਦਿੱਤੀ ਗਈ ਹੈ, ਪਰ ਪੁਲਿਸ ਵੱਲੋਂ ਪਰਚਾ ਨਹੀਂ ਦਿੱਤਾ ਗਿਆ। ਜਿਹੜੇ ਬੰਦੇ ਨੇ ਪਰਚਾ ਨਹੀਂ ਦਿੱਤਾ ਉਹਦਾ ਨਾਮ ਵਿੱਚ ਰੱਖ ਕੇ, ਜਿਹੜੇ ਅਫਸਰ ਨੇ ਪਰਚਾ ਨਹੀਂ ਦਿੱਤਾ, ਕਿਉਂਕਿ ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਚ ਕੋਈ ਵੀ ਕੰਪਲੇਂਟ ਆਉਂਦੀ ਉਹਦੀ FIR ਦਰਜ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਨੇ, ਜਿਹੜਾ SHO ਉਦੋਂ ਜਿਹਦੇ ਕੋਲ ਉਹ ਕੰਪਲੇਂਟ ਗਈ ਸੀ, ਅਗਰ ਉਸਨੇ ਇਹ FIR ਦਰਜ ਨਹੀਂ ਕੀਤੀ ਤਾਂ ਉਹਦੇ 'ਤੇ ਇੱਕ ਸੈਪਰੇਟ ਮੁਕੱਦਮਾ ਦਰਜ ਹੋਣਾ ਚਾਹੀਦਾ, ਅਤੇ ਇਹ ਤੁਰੰਤ ਇਹਨਾਂ ਦੀ FIR ਦਰਜ ਹੋਣੀ ਚਾਹੀਦੀ ਦੋਨਾਂ ਕੰਪਲੇਂਟਸ 'ਤੇ। ਸਰ ਜਿਸ ਤਰੀਕੇ ਦੇ ਨਾਲ 328 ਸਰੂਪ ਦੀ ਅਗਰ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਦੇ ਵਿੱਚ ਗਾਇਬ ਹੁੰਦੇ ਰਹੇ, ਕਿਆ ਸਮੇਂ ਦੇ ਕੋਈ ਰਾਜਨੀਤਿਕ ਕਨੈਕਸ਼ਨ? ਇਹ ਤਾਂ ਹੋਣਾ ਨਹੀਂ ਚਾਹੀਦਾ ਜੀ, ਮਾੜੀ 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 ਪੋਲੀਟੀਕਲ ਕਨੈਕਸ਼ਨ ਹੈ ਇਹਦੇ 'ਚ? ਬਿਲਕੁਲ ਰਾਜਨੀਤੀ ਹੈ ਜੀ, ਇਹ ਰਾਜਨੀਤੀ ਹੈ, ਇਹ ਕਿਸੇ ਇਹ ਪਾੜਾ ਪਾਉਣਾ ਚਾਹੁੰਦੇ ਆ, ਸਾਨੂੰ ਲੜਾਉਣਾ ਚਾਹੁੰਦੇ ਪੰਜਾਬੀਆਂ ਨੂੰ, ਤੋ ਇਹ ਸਾਨੂੰ ਸਿੱਖਾਂ ਨੂੰ ਗੁਰੂ ਨਾਲ ਤੋੜਨਾ ਚਾਹੁੰਦੇ ਆ, ਇਹ ਵੱਡੀ ਸਾਜਿਸ਼ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਚੁਣਨ ਦਾ ਅਧਿਕਾਰ ਸੁਖਬੀਰ ਸਿੰਘ ਬਾਦਲ ਕੋਲ ਹੈ, ਅਤੇ ਉਹਦੀ ਹੀ ਅੱਜ ਦੇਖ ਰੇਖ 'ਚ ਕਮੇਟੀ ਜਿਹੜੀ ਹੈ ਅੱਜ ਇਸ ਤਰ੍ਹਾਂ ਦੇ ਕੰਮ ਹੋਏ। ਦੇਖੋ ਜੀ ਉਹਨਾਂ ਦੀ ਬਣਾਈ ਹੋਈ ਕਮੇਟੀ ਨੇ ਐਸੀਆਂ ਕਿਤਾਬਾਂ ਛਾਪੀਆਂ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਬੜਾ ਗਲਤ ਲਿਖਿਆ ਗਿਆ, ਸੋ ਉਹਨਾਂ ਬੰਦਿਆਂ ਨੂੰ ਤਾਂ ਪੰਥ 'ਚ ਰਹਿਣਾ ਨਹੀਂ ਚਾਹੀਦਾ, ਬਾਦਲ ਪਰਿਵਾਰ ਨੂੰ ਪੰਥ 'ਚੋਂ ਹੁਣੇ ਛੇਕ ਦੇਣਾ ਚਾਹੀਦਾ ਜਹੇਦਾਰ ਸਾਹਿਬ ਨੂੰ। ਕਾਰਨ ਕੀ ਹੈ, ਬਾਦਲ ਪਰਿਵਾਰ ਨੂੰ ਕਿਉਂ ਛੇਕਣਾ ਚਾਹੀਦਾ? ਦੇਖੋ ਜੀ ਗੁਰੂ ਸਾਹਿਬ ਦੇ ਸਰੂਪ ਗੁੰਮ ਹੋਏ, ਪੜਦਾ ਹੀ ਪਾਤਾ ਜੀ, ਦੱਸਿਆ ਹੀ ਨਹੀਂ ਕਿਸੇ ਨੂੰ, ਐਡੀ ਵੱਡੀ ਘਟਨਾ ਘਟ ਗਈ। ਗੁਰੂ ਸਾਹਿਬ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਕਰੈਕਟਰ ਬਾਰੇ ਬੜੇ ਭੈੜੇ ਭੈੜੇ ਕਮੈਂਟ ਕੀਤੇ ਗਏ ਤੇ, ਔਰ ਉਹ ਕਿਤਾਬਾਂ ਨੂੰ ਛਾਪਿਆ ਗਿਆ ਗੁਰਦੁਆਰਾ ਆਪਣੇ SGPC ਵੱਲੋਂ। ਸੋ ਇਹ ਕੋਈ ਸੰਗੀਨ, ਕੋਈ ਤਾਂ ਬੋਲ ਕੇ ਗਾਲ ਕੱਢਦਾ ਨਾ, ਇਹ ਤਾਂ ਲਿਖ ਕੇ ਕੀਤਾ ਉਹਨਾਂ ਨੇ, ਔਰ ਇਹਨਾਂ ਦੀ SGPC ਦੇ ਸਾਹਮਣੇ ਕੀਤਾ, ਇਹਨਾਂ ਦੀ SGPC ਨੇ ਕੀਤਾ। ਸੋ ਜਿਹੜੇ ਬੰਦਿਆਂ ਦੇ ਉੱਤੇ ਕਬਜ਼ਾ ਸੀ ਉਹਨਾਂ ਨੂੰ ਤਾਂ ਪੰਥ 'ਚ ਰਹਿਣ ਦਾ ਹੱਕ ਹੀ ਕੋਈ ਨਹੀਂ ਹੈ, ਬਾਦਲਾਂ ਨੂੰ ਕੋਈ ਹੱਕ ਨਹੀਂ ਹੈ। ਮੇਰਾ ਇੱਕ ਹੋਰ ਸਵਾਲ ਹੈ ਕਿ ਜੇਕਰ ਤੁਹਾਨੂੰ ਅਸੀਂ ਦੱਸੀਏ ਇਸ ਘਟਨਾਕ੍ਰਮ, ਜਦੋਂ ਪਹਿਲੇ ਦਿਨ 267 ਪਾਵਨ ਸਰੂਪਾਂ ਦਾ ਮਾਮਲਾ ਸਾਹਮਣੇ ਆਇਆ ਸੀ, ਅਤੇ ਉਦੋਂ SGPC ਦਾ ਪਹਿਲਾ ਬਿਆਨ ਸੀ ਕਿ 1500 ਰੁਪਏ ਹਿਸਾਬ ਦੇ ਨਾਲ ਇੱਕ ਸਰੂਪ ਦੇ ਪੈਸੇ ਲੈ ਕੇ ਇਸ ਸਾਰੇ ਘਟਨਾਕ੍ਰਮ ਨੂੰ ਖਤਮ ਕਰ ਦਿੱਤਾ ਗਿਆ। ਕੀੜੇ ਪੈਣਗੇ ਜੀ ਇਹਨਾਂ ਦੇ, ਕੀੜੇ ਪੈਣਗੇ, ਹੋਰ ਕੋਈ ਗੱਲ ਨਹੀਂ। ਤੁਸੀਂ ਸਮਝੋ ਕਿ ਜਾਇਜ਼ ਸੀਗਾ ਕਿ ਕਿਸ ਤਰ੍ਹਾਂ? ਬਿਲਕੁਲ ਨਜਾਇਜ਼ ਆ, ਬਹੁਤ ਧੱਕਾ ਇਹ ਹੁਣ ਇਹ ਤੁਸੀਂ ਪੈਸਿਆਂ ਨਾਲ ਤੋਲਦੇ ਗੁਰੂ ਨੂੰ ਸਾਡੇ ਨੂੰ, ਇਹ ਨਹੀਂ ਹੋ ਸਕਦਾ, ਇਹਨਾਂ ਦੇ ਕੀੜੇ ਪੈ ਕੇ ਮਰਨਗੇ ਜਿਹੜੇ ਬੰਦੇ ਨੇ ਫੈਸਲਾ ਲਿਆ। ਹੁਣ ਸਰ ਤੁਹਾਡੀ ਨੈਕਸਟ ਹਿਕਮਤ ਅਮਲੀ ਕੀ ਹੈ? ਕੱਲੀ ਇੱਕ ਪ੍ਰੈਸ ਕਾਨਫਰੰਸ ਕਰਕੇ ਹੀ ਤੁਸੀਂ ਸ਼ਾਂਤ ਹੋਗੇ, ਕਿ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਮੰਗ ਕਰੋਗੇ ਜਾਂ ਇਨਸਾਫ ਦਿਵਾਉਣ ਵਾਸਤੇ, ਕਿਉਂਕਿ ਮਾਮਲਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ, ਆਪਣੇ ਗੁਰੂ ਦਾ, ਗੁਰੂ ਨੂੰ ਇਨਸਾਫ ਦਿਵਾਉਣ ਵਾਸਤੇ ਆਮ ਆਦਮੀ ਪਾਰਟੀ ਜਾਂ ਕੁਲਤਾਰ ਸਿੰਘ ਸਿੱਧਵਾ ਕੀ ਕਰਨਗੇ? ਜੇ ਧੌਣ ਵੀ ਲਾਉਣੀ ਪਈ ਅਸੀਂ ਧੌਣ ਵੀ ਲਵਾਵਾਂਗੇ, ਆਮ ਆਦਮੀ ਪਾਰਟੀ ਵੀ ਹਰ ਤਰ੍ਹਾਂ ਦਾ ਜੋ ਵੀ ਸਾਡੇ ਕੋਲ ਐਵੀਨਿਊ ਨੇ ਅਸੀਂ ਐਕਸਪਲੋਰ ਕਰਾਂਗੇ ਔਰ ਇਨਸਾਫ ਦਵਾਵਾਂਗੇ। ਮੇਰਾ ਫਿਰ ਇੱਕ ਹੋਰ ਸਵਾਲ ਹੈ, ਕਾਂਗਰਸ ਪਾਰਟੀ ਕਿਉਂ ਚੁੱਪ ਹੈ? ਕਿਉਂਕਿ ਤੁਸੀਂ ਸਿਆਸਤ ਦੇ ਮੰਚ 'ਤੇ ਹੋ, ਅਤੇ ਇਸ ਕਰਕੇ ਸਿਆਸਤ ਦੇ ਮੰਚ 'ਤੇ ਇਹ ਸਵਾਲ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਇਹ ਮੁੱਦੇ ਨੂੰ ਬਹੁਤਾ ਨਹੀਂ ਚੁੱਕਿਆ ਗਿਆ, ਹੁਣ ਵੀ ਮੈਂ ਫਿਰ ਗੱਲ ਕਹਿ ਰਿਹਾ ਕਿ ਪਹਿਲਾ ਸਿਆਸੀ ਬਿਆਨ ਜਿਹੜਾ ਤੁਹਾਡੇ ਵੱਲੋਂ ਆ? ਦੇਖੋ ਜੀ ਇਹਨਾਂ ਦੀ ਸਿਆਸਤ ਇਕੱਠੀ ਹੈ, ਬਾਦਲ ਕੀ ਔਰ ਕੈਪਟਨ ਅਮਰਿੰਦਰ ਸਿੰਘ ਦੀ। ਸੋ ਮੈਂ ਬੇਨਤੀ ਕਰਦਾ ਇਹਨਾਂ ਨੂੰ ਵੀ ਆਪਾਂ ਕਾਂਗਰਸੀ, ਅਕਾਲੀ ਜਾਂ ਹੋਰ ਪਾਰਟੀਆਂ ਵਾਲੇ, ਆਮ ਆਦਮੀ ਪਾਰਟੀ ਦੇ, BSP ਦੇ ਕਾਮਰੇਡ, ਅਸੀਂ ਬਾਅਦ 'ਚ ਹਾਂ, ਪਹਿਲਾਂ ਅਸੀਂ ਗੁਰੂ ਦੇ ਸਿੱਖ ਹਾਂ, ਆਪਾਂ ਨੂੰ
इस काम से राजनीति नहीं करनी चाहिए। और जिहड़े चुप ने कांग्रसी, मैं उन्होंने कहना कृपा करके इहदा इंसाफ दवाओ और तुहाडी हुण ड्यूटी है, तुसीं सरकार दे विच तुरंत FIR दर्ज कराओ। शुक्रिया जी। तो यह कुलतार सिंह संधवा जिन्हां नाल असीं गलबात कीती है, ते श्री गुरु ग्रंथ साहिब महाराज के पावन स्वरूप गायब होने के मामले के विच उन्होंने तिखा मोर्चा सांभिया है। तो उन्होंने आखना है कि जिस कदर भी जाना होया इंसाफ लैन वास्ते काम करेंगे, तो नाल ही नाल उन्होंने श्रोमणी कमेटी और बादल परिवार के उत्ते निशाना भी साध्या है। कैमरामैन अक्षय के नाल सुमित खन्ना, जगबानी TV, अमृतसर।